ਹੈਲੋ ਅਮਰਤ, ਕਿੱਥੇ ਆ? ਘਰੇ ਹੀ ਆ ਯਾਰ। ਸਿਮਰ ਸੰਧੂਵਾਲ ਜਾਣਾ ਸੀ ਮਾੜਾ ਜਿਹਾ। ਉਹ ਜਿਹੜਾ ਸਿੰਗਰ ਆ? ਹਾਂ ਉਹੀ, ਉਹਨੂੰ ਵੱਡੇ ਵੀਰ ਦੇ ਵਿਆਹ ਲਈ ਬੁੱਕ ਕਰਨਾ ਸੀ। ਕੋਈ ਨਹੀਂ, ਚੱਲ ਪੈਂਦੇ ਹਾਂ। ਚੱਲ ਫਿਰ ਮੈਂ ਉਹਨਾਂ ਤੇਰੇ ਕੋਲ ਆ ਜਾ। ਆ ਜਾ ਹਾਂ ਵੀ, ਕੀ ਹਾਲ ਆ? ਮੈਂ ਕਾਦਾ ਡੀਕ ਰਿਹਾ ਸੀਗਾ ਤੈਨੂੰ। ਮੈਂ ਤਾਂ ਤਿਆਰ ਹੀ ਸੀਗਾ। ਵਧੀਆ ਵਧੀਆ। ਹਾਂ ਚਲੀਏ ਆਪਾਂ। ਬਹਿ ਜਾ, ਚਾਹ ਪਾਣੀ ਪੀ ਲਈਏ। ਹਾਂ ਬਸ, ਚੜ੍ਹਦੀ ਕਲਾ ਤੇ ਪਹਿਲਾਂ ਆਪਾਂ ਬਾਬਾ ਜੀ ਵੱਲ ਜਾਣਾ ਵਾ, ਜਿਹੜੇ ਕੀਰਤਨ ਕਰਦੇ ਆ, ਤੇ ਉਸ ਤੋਂ ਬਾਅਦ ਫਿਰ ਆਪਾਂ ਸਿਮਰ ਸੰਧੂ ਵੱਲ ਜਾਣਾ ਵਾ। ਠੀਕ ਆ? ਠੀਕ ਆ, ਜਿੱਦਾਂ ਤੂੰ ਕਹੇਂਗਾ ਚਲੀਏ। ਕਰ ਲੈਣੇ ਚੱਲ ਮੇਰੇ। ਮਨ ਤੇ ਚੈਨ ਸਤਿਗੁਰ ਨੇ ਪਾਸ, ਮਨ ਤੇ ਚੈਨ ਸਤਿਗੁਰ ਨੇ ਪਾਸ, ਸਾਰੇ ਗਾਬਾਨੀ ਸਾਰਾ ਸਾਨੀ ਦਬਗਾ ਬਣੀ ਨੀਲੀ ਦਾਨੀ ਦਬਗਾ ਬਸਾਨੀ ਸਾਨੀ ਦਬਗਾ ਬਗਾ ਰੇ ਗਾ ਰੇ ਗਾ ਰੇ ਸਦਾ ਸਗਾ ਗਾ ਦਸਾ ਮਨ ਪੇ ਸਤਿਗੁਰ ਕੈ ਪਾਸ, ਮਨ ਪੇ ਸਤਿਗੁਰ ਪਾਸ। ਮਨ ਪੇ ਸਤਿਗੁਰ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਮਹਾਰਾਜ, ਆਓ ਬੈਠੋ ਜੀ ਮਹਾਰਾਜ। ਹੋਰ ਸਭ ਠੀਕ ਠਾਕ ਜੀ? ਹਾਂਜੀ ਵੀਰ ਜੀ, ਕੀ ਹੁਕਮ ਹੈ ਜੀ? ਬਾਬਾ ਜੀ, ਅਸੀਂ ਧਾਰੀਵਾਲ ਤੋਂ ਆਏ ਹਾਂ ਅਤੇ ਘਰ ਧਰਿਆ ਵਾ ਵੱਡੇ ਦਾ ਵਿਆਹ। ਘਰ ਦੇ ਕਹਿਣ ਡੇ ਸੀਗੀ ਕੀਰਤਨ ਵਾਸਤੇ ਬਾਬਾ ਜੀ ਨੂੰ ਬੁੱਕ ਕਰ ਲਿਆਓ। ਫਿਰ ਅੱਜ ਕੱਲ੍ਹ ਕੀ ਚੱਲਦੀ ਹੈ ਭੇਟਾ? ਹਾਂਜੀ ਵੀਰ ਜੀ, ਧਾਰੀਵਾਲ ਇੱਥੋਂ 30 ਕਿਲੋਮੀਟਰ ਹੈਗਾ। 2,500 ਦੀ ਤਾਂ ਗੱਡੀ ਹੋਣੀ ਆ ਅਤੇ 5,100 ਰੁਪਈਆ ਭੇਟਾ। ਠੀਕ ਹੈ ਬਾਬਾ ਜੀ, ਭੇਟਾ ਜ਼ਿਆਦਾ ਵਾ ਅਤੇ ਸਾਡੇ ਰਿਸ਼ਤੇਦਾਰ ਵੀ ਕਾਫੀ ਆਉਣੇ ਆ, ਕਨੇਡਾ ਤੋਂ ਵੀ ਅਤੇ ਅਮੈਰੀਕਾ ਤੋਂ ਵੀ। ਇਸ ਕਰਕੇ ਭੇਟਾ ਘੱਟ ਕਰੋ, 2,100 ਰੁਪਈਆ ਠੀਕ ਹੈ ਭੇਟਾ। ਵੀਰ ਜੀ, ਜਿਹੜੀ ਸੇਵਾ ਦੱਸੀ ਆ ਇਹ ਬਿਲਕੁਲ ਠੀਕ ਹੈ। ਅਸੀਂ 3 ਸਿੰਘ ਹਾਂ ਅਤੇ ਉਹਨਾਂ ਦੇ ਵੀ ਪਰਿਵਾਰ ਆ ਅਤੇ ਗੱਡੀ ਖਰਚਾ ਵੀ, ਇਸ ਕਰਕੇ ਸੇਵਾ ਬਿਲਕੁਲ ਠੀਕ ਦੱਸੀ ਜੀ। ਬਾਬਾ ਜੀ, 2,100 ਰੁਪਈਆ ਠੀਕ ਆ, ਤੁਸੀਂ ਟੈਨਸ਼ਨ ਨਾ ਲਓ, ਤੁਹਾਨੂੰ ਤਾਂ ਵੀ ਬਥੇਰੇ ਪੈਸੇ ਹੋ ਜਾਣੇ। ਹਾਂਜੀ ਵੀਰ ਜੀ, ਸੇਵਾ ਬਿਲਕੁਲ ਠੀਕ ਆ, ਬਾਕੀ ਤੁਹਾਡਾ ਮਨ ਆ ਜੋ ਤੁਹਾਨੂੰ ਚੰਗਾ ਲੱਗਦਾ। ਠੀਕ ਹੈ ਬਾਬਾ ਜੀ, ਅੱਗੇ ਫਿਰ ਤੁਹਾਡੀ ਮਰਜ਼ੀ। ਕੋਈ ਨਹੀਂ ਬੱਚਾ, ਵਾਹਿਗੁਰੂ ਬੜਾ ਦਿਆਲ ਆ, ਆਪੇ ਕੋਈ ਹੋਰ ਆਜੂਗਾ। ਉਹ ਜਿਹੜਾ ਤੇਰੇ ਵੱਲ ਟੇਡਾ ਟੇਡਾ ਝਾਕਿਆ ਨੀ, ਮੈਂ ਪਾੜ ਦੂੰਗਾ ਸਿਰ ਨੀ ਗੰਡਾਸਾ ਮਾਰ ਕੇ। ਯਾਰ ਬੜਾ ਚਿਰ ਹੋ ਗਿਆ, ਸਨੈਪਚੈਟ ਤੇ ਲਾਈਵ ਨਹੀਂ ਹੋਏ ਆਪਾਂ। ਬਣੇਗੀ ਨੀ ਗੱਲ?
ਹੋਰ ਜੀ ਕੀ ਹਾਲ ਜੇ? 150 ਲੈ, 200 ਹੋ ਗਿਆ, ਉਹ ਲੈ, ਆ ਤੇ ਵਾਰੇ ਨਾਰੇ ਹੋ ਗਏ। ਥੈਂਕ ਯੂ ਵੀਰ ਜੀ, ਕੀ ਹਾਲ ਜੇ? ਅੰਮ੍ਰਿਤ ਵੀਰ, ਨੈਟਵਰਕ ਨਹੀਂ ਆਉਣ ਡਿਆ? ਸਤਿ ਸ਼੍ਰੀ ਅਕਾਲ ਸਰ। ਵੀਰ ਜੀ, ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ। ਸਾਡੇ ਵੱਡੇ ਵੀਰ ਦਾ ਵਿਆਹ ਆ ਅਤੇ ਉਹਦੇ ਵਾਸਤੇ ਤੁਹਾਡਾ ਪ੍ਰੋਗਰਾਮ ਬੁੱਕ ਕਰਾਉਣਾ ਸੀ। ਹਾਂਜੀ ਬਈ, ਕਿੰਨੀ ਕੁ ਤਰੀਕ ਦਾ ਪ੍ਰੋਗਰਾਮ ਆ? ਭਾਅ ਜੀ 21 ਤਰੀਕ ਦਾ ਪ੍ਰੋਗਰਾਮ ਆ। 21 ਤਰੀਕ ਦਾ ਪ੍ਰੋਗਰਾਮ ਆ? ਅੱਛਾ, ਠੀਕ ਆ ਜੀ, ਮੈਂ ਦੇਖਦਾ ਹਾਂ ਚੈੱਕ ਕਰਕੇ। ਉਹ ਯਾਰ ਕਿੱਥੇ ਆ, ਲੱਭਣ ਨਹੀਂ ਡਿਆ। ਆ ਰਿਹਾ ਈ। ਇੱਕੀ ਤਰੀਕ ਯਾਰ ਖਾਲੀ ਆ, ਕੋਈ ਨਹੀਂ ਕਰ ਲੈਂਦੇ ਆ। ਹੋਰ ਭਾਅ ਜੀ, ਆਪਣੀ ਕਿੰਨੀ ਕੁ ਪੇਮੈਂਟ ਆ? ਪੇਮੈਂਟ ਵੀਰੇ, ਵੈਸੇ ਤਾਂ ਆਪਾਂ 2 ਘੰਟੇ ਦਾ 2 ਲੱਖ ਰੁਪਇਆ ਲਈਦਾ, ਅਤੇ ਬਾਕੀ ਹਾਫ ਪੇਮੈਂਟ ਤੁਸੀਂ ਹੁਣ ਜਮ੍ਹਾਂ ਕਰਵਾ ਜਾਓ, ਬਾਕੀ ਦਾ ਜਿਹੜਾ ਬੈਲੈਂਸ ਆ ਨਾ ਉਹ ਸਟੇਜ ਦੀ ਐਂਟਰੀ ਤੋਂ ਪਹਿਲਾਂ ਲਵਾਂਗਾ। ਠੀਕ ਹੈ ਭਾਅ ਜੀ, ਫਿਰ ਆਪਣਾ ਅਕਾਊਂਟ ਨੰਬਰ ਦੇ ਦਿਉ, ਆਪਾਂ ਉਹਦੇ 'ਚ ਪੇਮੈਂਟ ਪਾ ਦਿੰਦੇ ਹਾਂ। 063-400-150-3596-3569। ਠੀਕ ਹੈ ਭਾਅ ਜੀ, ਫਿਰ ਯਾਰ ਮਜ਼ਾ ਆ ਗਿਆ। ਹੁਣ ਤਾਂ ਸਿਮਰ ਸੰਧੂ ਨੇ ਹਾਂ ਕਰਤੀ, ਹੁਣ ਤਾਂ ਵਿਆਹ 'ਚ ਪੂਰੀ ਬੱਲੇ ਬੱਲੇ ਕਰਾ ਦੇਣੀ, ਐਂ ਤੱਕ ਪਾ ਦੇਣੀ। ਯਾਰ ਉਹ ਤਾਂ ਗੱਲ ਠੀਕ ਆ, ਪਰ ਮੈਂ ਬਹੁਤ ਟਾਈਮ ਤੋਂ ਸੋਚ ਰਿਹਾ ਸੀਗਾ ਕਿ ਅਸੀਂ ਕਿਉਂ ਨਾ ਉਸ ਬਾਬਾ ਜੀ ਨੂੰ ਜਿਨ੍ਹਾਂ ਨੂੰ ਸਵੇਰੇ ਮਿਲ ਕੇ ਆਏ ਸੀਗੇ ਉਹਨਾਂ ਨੂੰ ਜਾ ਕੇ ਮਿਲੀਏ। ਉਹਨਾਂ ਨੇ ਸਾਡੇ ਕੋਲੋਂ 5100 ਰੁਪਇਆ ਮੰਗਿਆ ਅਤੇ ਅਸੀਂ ਉਹਨਾਂ ਨੂੰ ਨਾ ਕਰਕੇ ਆ ਗਏ। ਇੱਥੇ ਸਿੰਗਰ ਨੇ ਸਾਡੇ ਕੋਲੋਂ 2 ਘੰਟਿਆਂ ਦਾ 2 ਲੱਖ ਰੁਪਇਆ ਮੰਗਿਆ ਅਤੇ ਅਸੀਂ ਉਹਨੂੰ ਬੁਕਿੰਗ ਵੀ ਦੇਣ ਲਈ ਤਿਆਰ ਹੋ ਗਏ। ਕੀ ਇਹ ਸਹੀ ਆ? ਇਹਨੇ ਤਾਂ 2 ਘੰਟੇ ਲਈ ਆਉਣਾ, ਨੱਚ ਟੱਪ ਕੇ ਚਲੇ ਜਾਣਾ ਅਤੇ ਬਾਬਾ ਜੀ ਸਾਡੇ ਘਰ ਆਉਣਗੇ, ਕੋਈ ਚੰਗੀ ਸੇਧ ਦੇਣਗੇ, ਕੋਈ ਗੁਰਬਾਣੀ ਦੀਆਂ 4 ਲਾਈਨਾਂ ਸੁਣਾਉਣਗੇ। ਕੀ ਇਹ ਮਾਇਨੇ ਰੱਖਦੀ ਕਿ ਨਹੀਂ ਗੱਲ? ਕਿਉਂ ਨਾ ਆਪਾਂ ਜਾ ਕੇ ਮਿਲੀਏ ਬਾਬਾ ਜੀ ਨੂੰ। ਚੱਲ ਠੀਕ ਹੈ ਯਾਰ, ਜਿੱਦਾਂ ਤੂੰ ਕਹਿੰਦਾ ਉੱਦਾਂ ਹੀ ਕਰਦੇ। ਹੁਣ ਆਪਾਂ ਬਾਬਾ ਜੀ ਕੋਲ ਚੱਲਦੇ ਹਾਂ ਅਤੇ ਉਹਨਾਂ ਨੂੰ ਕੀਰਤਨ ਵਾਸਤੇ ਕਹਿ ਕੇ ਆਉਂਦੇ ਹਾਂ। ਚੱਲ ਬਾਈ, ਚੱਲੀ। ਬਾਬਾ ਜੀ ਅਸੀਂ ਸਵੇਰੇ ਆਏ ਹਾਂ ਤੁਹਾਡੇ ਕੋਲ। ਹਾਂਜੀ, ਪਹਿਚਾਣ ਲਿਆ ਵੀਰ ਜੀ। ਬਾਬਾ ਜੀ, ਇਸੇ ਮਹੀਨੇ ਦੀ 21 ਤਰੀਕ ਨੂੰ ਆਪਣੇ ਕੋਲ ਟਾਈਮ ਹੈਗਾ। ਹਾਂਜੀ, ਹੁਕਮ ਕਰੋ ਪਿਆਰੇ ਹੋ। ਠੀਕ ਹੈ ਬਾਬਾ ਜੀ, 21 ਤਰੀਕ ਨੂੰ ਤੁਸੀਂ ਧਾਰੀਵਾਲ ਆ ਕੇ ਦਰਸ਼ਨ ਦੇਣੇ। ਉਹ ਤਾਂ ਆਪਣੀ ਸਵੇਰੇ ਵੀ ਗੱਲ ਹੋਈ ਸੀ, ਤੁਹਾਨੂੰ 5500 ਭੇਟਾ ਦੱਸੀ ਸੀ। ਠੀਕ ਹੈ ਬਾਬਾ ਜੀ, 5500 ਨਹੀਂ, ਤੁਹਾਨੂੰ 11000 ਰੁਪਇਆ ਭੇਟਾ ਦੇਵਾਂਗੇ, ਤੁਸੀਂ ਕੀਰਤਨ ਦੀ ਹਾਜ਼ਰੀ ਜ਼ਰੂਰ ਭਰਨੀ। ਅਤੇ ਆਜੋ ਫਿਰ, ਆਪਣਾ ਐਡਰੈਸ ਲਿਖਾ ਦਿਓ।